ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗ੍ਰਾਮਸਟਡੀਵੀ ਤੇ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਿੱਖਿਆ ਭਾਗ ਦੇ ਵੱਲੋਂ ਇੱਕ ਹੋਰ ਇਹ ਫੈਸਲਾ ਜਿਹੜਾ ਲਿਆ ਗਿਆ ਹੈ ਸੋ ਇਹ ਜੋ ਮੁਲਾਂਕਣ ਕਰਨ ਦਾ ਪ੍ਰੋਸੈਸ ਸੀ ਇਸ ਵਿਧੀ ਨੂੰ ਜਿਹੜਾ ਬੰਦ ਕੀਤਾ ਗਿਆ ਹੈ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਅਕਾਦਮਿਕ ਸਾਲ ਤੋਂ ਪ੍ਰਗਿਆਰਥੀਆਂ ਨੂੰ ਦਿੱਤੀ ਜਾਂਦੀ ਮੌੜ ਮੁਲਾਂਕਣ ਸੂਰਤ ਜਿਹੜੀ ਬੰਦ ਕਰ ਦਿੱਤੀ ਹੈ ਇਹ ਫੈਸਲਾ ਜਿਹੜਾ ਚੇਅਰ ਪਰਸਨ ਸੁਤਵੀਰ ਕੋਰ ਬੇਦੀ ਦੀ ਗਵਾਈ ਵਾਲੇ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ਦੇ ਵਿੱਚ ਲਿਆ ਗਿਆ ਹੈ ਬੋਰਡ ਅਧਿਕਾਰੀਆਂ ਦੀ ਦਲੀਲ ਹੈ ਕਿ ਇਸ ਨਾਲ ਨਤੀਜਾ ਐਲਾਨਣ 'ਚ ਦੇਰੀ ਜਿਹੜੀ ਹੁੰਦੀ ਹੈ। ਇਸ ਤੋਂ ਇਲਾਵਾ ਉੱਤਰ ਪੱਤਰੀ ਦੀ ਮੋੜ ਚੈਕਿੰਗ ਦੀ ਸਹੂਲਤ ਜਿਹੜੀ ਉਹ ਪਹਿਲਾਂ ਵਾਂਗੂ ਜਾਰੀ ਰਹੇਗੀ। ਇਸ ਤੋਂ ਪਹਿਲਾਂ ਪ੍ਰਕਾਰਥੀ ਵੱਲੋਂ ਬੇਨਤੀ ਕੀਤੀ ਜਾਣ ਤੇ ਮੋੜ ਮੁਲਾਂਕਣ 'ਚ ਪ੍ਰਕਾਰਥੀ ਦੀ ਉੱਤਰ ਪੱਤਰੀ ਦੀ ਕਿਸੇ ਹੋਰ ਪ੍ਰੀਖਿਆ ਕੋਲੋਂ ਦੁਆਰਾ ਮਾਰਕਿੰਗ ਕਰਵਾਈ ਜਾਂਦੀ ਸੀ। ਦੂਜੇ ਪ੍ਰੀਖਿਆਕ ਨੂੰ ਉੱਤਰ ਕਾਪੀ ਦੇਣ ਤੋਂ ਪਹਿਲਾਂ ਇਸ ਤੇ ਪਹਿਲਾਂ ਦਿੱਤੇ ਗੇ ਨੰਬਰ ਟੇਪ ਲਗਾ ਕੇ ਲੁਗਾ ਕੇ ਦਿੱਤੇ ਜਾਂਦੇ ਸਨ। ਜਦ ਕਿ ਰੀਚੇਕਿੰਗ ਸਿਰਫ ਨੰਬਰਾਂ ਦਾ ਕੁੱਲ ਜੋੜ ਹੀ ਇਹ ਜਿਹੜਾ ਜਾਂਚਿਆ ਜਾਂਦਾ ਹੈ ਤਾਂ ਹੁਣੇ-ਹੁਣੇ ਅਪਡੇਟ ਹੈ ਜਿਹੜੀ ਜਾਰੀ ਹੋਈ ਹੈ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਚੈਨਲ ਨਾਲ ਜੁੜੇ ਰਹੋ ਧੰਨਵਾਦ